ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਵਿੱਚ, ਜਿਸ ਦਾ ਨਾਮ ਹੈ ਅਮਿਤ ਜਿੰਦਲ। ਦੋਸਤੋ, ਗੁਰਮਤਿ ਕਾਵਿ ਧਾਰਾ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਵੀਡੀਓ ਸੀਰੀਜ਼ ਚੱਲ ਰਹੀ ਹੈ, ਜੋ ਕਿ ਹਰ ਤਰ੍ਹਾਂ ਦੇ ਸਕਰੀਨਿੰਗ ਟੈਸਟ ਪੰਜਾਬੀ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ। ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਕੀਤਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਾਣਕਾਰੀ, ਜੋ ਕਿ ਗੁਰਮਤਿ ਕਾਵਿ ਧਾਰਾ ਦੇ ਮੋਢੀ ਕਵੀ ਨੇ। ਅਤੇ ਉਸ ਤੋਂ ਬਾਅਦ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਬਾਰੇ। ਦੋਸਤੋ, ਜੇਕਰ ਤੁਸੀਂ ਮੇਰੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ। ਸੰਖੇਪ ਪ੍ਰਸ਼ਨ ਉੱਤਰ ਦੇ ਵਿੱਚ ਸ਼ੁਰੂ ਕਰਦੇ ਹਾਂ ਜੀ ਦੂਜੀ ਵੀਡੀਓ ਗੁਰਮਤਿ ਕਾਵਿ ਧਾਰਾ ਸੰਬੰਧੀ। ਪਹਿਲਾ ਪ੍ਰਸ਼ਨ, ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ? ਹਾਂਜੀ, ਇਹਨਾਂ ਦਾ ਪਹਿਲਾ ਨਾਮ ਸੀ, ਉਹ ਸੀ ਭਾਈ ਲਹਿਣਾ ਜੀ। ਦੂਜਾ ਪ੍ਰਸ਼ਨ, ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸਲੋਕ ਰਚੇ? ਸ਼੍ਰੀ ਗੁਰੂ ਅੰਗਦ ਦੇਵ ਜੀ ਨੇ 63 ਸਲੋਕਾਂ ਦੀ ਰਚਨਾ ਕੀਤੀ ਹੈ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ। ਤੀਜਾ ਪ੍ਰਸ਼ਨ, ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਹਾਂਜੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਸੰਮਤ 1561, ਜੋ 1504 ਈਸਵੀ ਬਣਦਾ, 1504 ਈਸਵੀ ਦੇ ਵਿੱਚ ਮੱਤੇ ਕੀ ਸਰਾਂ ਦੇ ਵਿੱਚ ਹੋਇਆ, ਜ਼ਿਲ੍ਹਾ ਫਿਰੋਜ਼ਪੁਰ ਦੇ ਵਿਖੇ ਹੋਇਆ। ਚੌਥਾ ਪ੍ਰਸ਼ਨ ਹੈ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰੂ ਸਾਹਿਬਾਨਾਂ ਦੀਆਂ 6 ਗੁਰੂ ਸਾਹਿਬਾਨਾਂ ਦੀਆਂ ਬਾਣੀ ਵਿੱਚੋਂ ਕਿਸ ਗੁਰੂ ਜੀ ਦੀ ਬਾਣੀ ਸਭ ਤੋਂ ਘੱਟ ਹੈ? ਹਾਂਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਕੀਤੀ ਗਈ ਹੈ, ਜਿਹਦੇ ਵਿੱਚ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ। ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਘੱਟ ਬਾਣੀ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ। ਅੱਗੇ ਜੀ 5ਵਾਂ ਪ੍ਰਸ਼ਨ, ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸਭ ਤੋਂ ਜ਼ਿਆਦਾ 15 ਸਲੋਕ ਨੇ ਜੋ ਉਹ ਕਿਸ ਵਾਰ ਦੇ ਵਿੱਚ ਲਿਖੇ ਨੇ? ਇਹ ਲਿਖੇ ਨੇ ਜੀ ਵਾਰ ਆਸਾ ਦੇ ਵਿੱਚ, ਉਹਨਾਂ ਦੇ 15 ਸਲੋਕ ਨੇ, ਜੋ ਕਿ ਵਾਰ ਆਸਾ ਮਹੱਲਾ ਦੂਜਾ ਦੇ ਨਾਮ ਹੇਠ ਦਰਜ ਨੇ। ਅੱਗੇ ਜੀ 6ਵਾਂ ਪ੍ਰਸ਼ਨ, ਅੱਠੀ ਪਹਿਰੀ 8 ਖੰਡ 9ਵਾਂ ਖੰਡ ਸਰੀਰ ਸਲੋਕ ਕਿਸ ਦੀ ਰਚਨਾ ਹੈ? ਇਹ ਰਚਨਾ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ। ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈ। 7ਵਾਂ ਪ੍ਰਸ਼ਨ ਹੈ ਜੀ, ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਕੀ ਹੈ? ਜਿਹੜੀ ਬਾਣੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਰਚੀ ਹੈ, ਉਹਦਾ ਮੁੱਖ ਵਿਸ਼ਾ ਹੈ ਜੀ ਗੁਰੂ ਭਗਤੀ, ਪ੍ਰੇਮ, ਸ਼ਰਧਾ ਅਤੇ ਸੇਵਾ ਭਾਵ, ਇਹਨਾਂ ਵਿਸ਼ੇ ਨਾਲ ਸੰਬੰਧਿਤ ਬਾਣੀ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ। 8ਵਾਂ ਪ੍ਰਸ਼ਨ ਹੈ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਸ ਕੋਲੋਂ ਸੁਣ ਕੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਮਾਚਾਰਾਂ ਨੂੰ ਸਾਖੀ ਸੰਬੰਧੀ ਸਾਖੀ ਤਿਆਰ ਕਰਵਾਈ? ਇਹ ਸੀ ਜੀ, ਉਹਨਾਂ ਨੇ ਸੁਣੀ ਸੀ ਭਾਈ ਬਾਲੇ ਤੋਂ ਅਤੇ ਤਿਆਰ ਕਰਵਾਈ ਸੀ ਭਾਈ ਪੈੜੇ ਮੁੱਖੇ ਤੋਂ। 9ਵਾਂ ਪ੍ਰਸ਼ਨ, ਉਪਰੋਕਤ ਜਨਮ ਸਾਖੀ ਦਾ ਕੀ ਨਾਮ ਹੈ? ਜਿਹੜੀ ਇਹ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਨੇ ਤਿਆਰ ਕਰਵਾਈ ਸੀ, ਉਹਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਗੇ ਜੀ 10ਵਾਂ ਪ੍ਰਸ਼ਨ, ਗੁਰਮੁਖੀ ਵਰਨਮਾਲਾ ਦੀ ਸੁਧਾਈ ਦਾ ਕਾਰਜ ਕਿਸ ਗੁਰੂ ਜੀ ਨੇ ਕੀਤਾ? ਇਹ ਕੀਤਾ ਸੀ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਵਰਨਮਾਲਾ ਦੀ ਸੁਧਾਈ ਦਾ ਕਾਰਜ ਕੀਤਾ ਸੀ। 11ਵਾਂ ਪ੍ਰਸ਼ਨ ਹੈ ਜੀ, ਹਉਮੈ ਦੀਰਘ ਰੋਗ ਹੈ ਦਾਰੂ ਬਿਸਮਾ ਹੈ, ਉਪਰੋਕਤ 17 ਕਿਸ ਦੀਆਂ ਹਨ? ਇਹ 17 ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੀਆਂ। ਤਾਂ ਦੋਸਤੋ, 17 ਨਾਲ ਸੰਬੰਧਿਤ ਪ੍ਰਸ਼ਨ ਵੀ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਕਿ ਕਿਹੜੀਆਂ 17 ਕਿਸ ਦੀਆਂ ਨੇ।
ਬਾਰਵਾਂ ਪ੍ਰਸ਼ਨ ਹੈ ਜੀ, ਇਹੋ ਜੱਗ ਸੱਚਾ ਕੀ ਹੈ ਕੋਠੜੀ। ਇਹ ਜੱਗ ਸੱਚ ਕੀ ਹੈ ਕੋਠੜੀ ਉਪਰੋਕਤ ਸਲੋਕ ਕਿਸ ਰਾਗ ਵਿੱਚ ਹੈ? ਇਹ ਰਾਗ ਹੈ ਜੀ ਰਾਗ ਆਸਾ ਦੇ ਵਿੱਚ, ਪੰਨਾ ਜਾਂ ਅੰਗ ਨੰਬਰ ਹੈ 463 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਜੋ ਇਹ ਸਤਰਾਂ ਨੇ ਬਹੁਤ ਹੀ ਮਹੱਤਵਪੂਰਨ ਸਤਰਾਂ ਸ਼ਾਮਿਲ ਕੀਤੀਆਂ ਗਈਆਂ ਨੇ। 13ਵਾਂ ਪ੍ਰਸ਼ਨ ਹੈ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਅਤੇ ਪੁੱਤਰੀਆਂ ਦਾ ਨਾਮ ਦੱਸੋ। ਮਾਸਟਰ ਕਾਡਰ ਦੇ ਜੋ ਪੇਪਰ ਪਹਿਲਾਂ ਹੋ ਚੁੱਕੇ ਨੇ ਉਹਨਾਂ ਦੇ ਵਿੱਚ ਇਹੋ ਜਿਹੇ ਪ੍ਰਸ਼ਨ ਪੁੱਛੇ ਗਏ ਨੇ। ਹਾਂਜੀ, ਸਾਰੇ ਪ੍ਰਸ਼ਨ ਨੇ ਜੋ ਪ੍ਰੀਖਿਆ ਦੀ ਦ੍ਰਿਸ਼ਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਣਾਏ ਗਏ ਨੇ। ਕੋਈ ਵੀ ਪ੍ਰਸ਼ਨ ਸੌਖਾ ਜਾਂ ਕੋਈ ਵੀ ਪ੍ਰਸ਼ਨ ਔਖਾ ਨਹੀਂ ਹੁੰਦਾ। ਹਾਂਜੀ, ਸ਼੍ਰੀ ਦਾਸੂ ਜੀ ਅਤੇ ਸ਼੍ਰੀ ਦਾਤੂ ਜੀ, ਇਹਨੇ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਬੀਬੀ ਅਮਰੋ ਅਤੇ ਬੀਬੀ ਅਨੋਖੀ ਜੀ, ਇਹਨੇ ਪੁੱਤਰੀਆਂ। 14ਵਾਂ ਪ੍ਰਸ਼ਨ ਹੈ ਜੀ ਅੱਗੇ, ਗੁਰੂ ਜੀ ਨੇ ਸਿੱਖ ਧਰਮ ਵਿੱਚ ਕਿਸ ਦਾ ਵਿਰੋਧ ਕੀਤਾ? ਇਹਨਾਂ ਨੇ ਵਿਰੋਧ ਕੀਤਾ ਸੀ ਉਦਾਸੀ ਮਤ ਦਾ ਵਿਰੋਧ ਕੀਤਾ ਸੀ। ਹਾਂਜੀ, 15ਵਾਂ ਪ੍ਰਸ਼ਨ ਹੈ ਜੀ, ਗੁਰੂ ਅੰਗਦ ਦੇਵ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ? ਇਹਨਾਂ ਦੇ ਪਿਤਾ ਦਾ ਨਾਮ ਸੀ ਫੇਰੂ ਮੱਲ ਜੀ ਅਤੇ ਮਾਤਾ ਦਾ ਨਾਮ ਸੀ ਦਇਆ ਕੌਰ। ਅੱਗੇ ਜੀ 16ਵਾਂ ਪ੍ਰਸ਼ਨ, ਲੰਗਰ ਪ੍ਰਥਾ ਕਿਸ ਗੁਰੂ ਜੀ ਨੇ ਚਲਾਈ? ਹਾਂਜੀ, ਲੰਗਰ ਪ੍ਰਥਾ ਸੀ ਉਹ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਚਲਾਈ ਅਤੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਪੰਗਤ ਪ੍ਰਥਾ ਦੇ ਵਿੱਚ ਅਹਿਮ ਯੋਗਦਾਨ ਦਿੱਤਾ ਸੀ ਉਹ ਸੀ ਬੀਬੀ ਖੀਵੀ ਜੀ। ਅੱਗੇ ਗੱਲ ਕਰਦੇ ਹਾਂ ਜੀ 17ਵਾਂ ਪ੍ਰਸ਼ਨ, ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ? ਮਾਸਟਰ ਕਾਡਰ 2017 ਦੇ ਵਿੱਚ ਪ੍ਰਸ਼ਨ ਆਇਆ ਸੀ, ਇਹਨਾਂ ਨੇ ਵਸਾਇਆ ਸੀ ਜੀ ਖਡੂਰ ਸਾਹਿਬ। ਅੱਗੇ ਜੀ 18ਵਾਂ ਪ੍ਰਸ਼ਨ, ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਕਿਸ ਗ੍ਰੰਥ ਵਿੱਚ ਕਿਸ ਨਾਮ ਹੇਠ ਦਰਜ ਹੈ? ਇਹਨਾਂ ਦੀ ਬਾਣੀ ਹੈ ਜੀ ਆਦਿ ਗ੍ਰੰਥ ਸਾਹਿਬ ਜੀ ਦੇ ਵਿੱਚ ਮਹੱਲਾ 2 ਦੇ ਨਾਮ ਹੇਠ ਦਰਜ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 22 ਵਾਰਾਂ ਨੇ, ਜਿਹਦੇ ਵਿੱਚੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕੋਈ ਵੀ ਵਾਰ ਉਹਦੇ ਵਿੱਚ ਨਹੀਂ ਲਿਖੀ, ਕੋਈ ਵੀ ਵਾਰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਨਹੀਂ ਲਿਖੀ। ਹਾਂਜੀ, ਅੱਗੇ ਜੀ 19ਵਾਂ ਪ੍ਰਸ਼ਨ, ਪਰੰਤੂ ਜੇਕਰ ਵਾਰ ਦੀ ਗੱਲ ਕੀਤੀ ਜਾਵੇ ਤਾਂ ਵੱਖ ਵੱਖ ਮਹੱਲਿਆਂ ਦੀਆਂ ਵਾਰਾਂ ਦੇ ਵਿੱਚ ਇਹਨਾਂ ਦੇ ਸਲੋਕ ਨੇ ਜੋ ਉਹ ਦਰਜ ਕੀਤੇ ਗਏ ਨੇ। 19ਵਾਂ ਪ੍ਰਸ਼ਨ, ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿਸ ਤੋਂ ਸੁਣੀ? ਤਾਂ ਜਿਵੇਂ ਕਿ ਪਤਾ ਹੈ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਸੀ ਜੋ ਉਹ ਮਾਤਾ ਦੇ ਭਗਤ ਸੀ ਅਤੇ ਹਰ ਸਾਲ ਜੱਥੇ ਲੈ ਕੇ ਜਾਂਦੇ ਸੀ, ਤਾਂ ਉਹਨਾਂ ਨੇ ਭਾਈ ਜੋਧਾ ਜੀ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ। ਤਾਂ ਉਸ ਤੋਂ ਬਾਅਦ ਉਹ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਹਨਾਂ ਦੇ ਸ਼ਿਸ਼ ਬਣ ਗਏ। ਅੱਗੇ ਜੀ 20ਵਾਂ ਪ੍ਰਸ਼ਨ, ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਲੰਗਰ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਸੀ? ਇਹ ਜ਼ਿੰਮੇਵਾਰੀ ਦਿੱਤੀ ਸੀ ਮਾਤਾ ਖੀਵੀ ਜੀ ਨੂੰ, ਜਿਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਇਹ ਜ਼ਿੰਮੇਵਾਰੀ ਨਿਭਾਈ ਸੀ। 21ਵਾਂ ਪ੍ਰਸ਼ਨ ਹੈ ਜੀ ਅੱਗੇ, ਸ਼੍ਰੀ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਕਦੋਂ ਸਮਾਏ? ਸ਼੍ਰੀ ਗੁਰੂ ਅੰਗਦ ਦੇਵ ਜੀ 1552 ਈਸਵੀ ਦੇ ਵਿੱਚ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਸੀ। ਸੰਮਤ ਦੀ ਜੇਕਰ ਗੱਲ ਕੀਤੀ ਜਾਵੇ, ਸੰਮਤ ਸੀ 1609। 22ਵਾਂ ਪ੍ਰਸ਼ਨ ਹੈ ਜੀ, ਵਾਰ ਸੂਹੀ ਮਹੱਲਾ 2 ਵਿੱਚ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸਲੋਕ ਦਰਜ ਹਨ? ਇਹ ਨੇ ਜੀ ਵਾਰ ਸੂਹੀ ਦੇ ਵਿੱਚ 11 ਸਲੋਕ ਨੇ। ਇਸ ਤੋਂ ਇਲਾਵਾ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ ਕਿ ਕਿਸ ਵਾਰਨ ਦੇ ਵਿੱਚ ਨੇ ਜੋ ਉਹਦੇ ਵਿੱਚ ਗੁਰੂ ਅੱਜ ਘੱਟ ਸਲੋਕ ਦਰਜ ਨੇ, ਉਹਨੇ ਜੀ ਵਾਰ ਮਾਰੂ ਦੇ ਵਿੱਚ 1
ਤੇ ਵਾਰ ਸੋਰਠਵ ਦੇ ਮਹੱਲਾ 2 ਦੇ ਵਿੱਚ ਇੱਕ ਸ਼ਲੋਕ ਹੈ ਜੋ ਦਰਜ ਹੈ। ਅੱਗੇ ਜੀ 23ਵਾਂ ਪ੍ਰਸ਼ਨ, ਸ਼੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਰਚਿਤ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੱਥੇ ਦਰਜ ਹਨ? ਇਹ ਬਾਣੀ ਪੁੱਛਿਆ ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਬਾਣੀ ਰਚੀ ਆ ਉਹ ਕਿੱਥੇ ਦਰਜ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ? ਉਹ ਹੈ ਜੀ ਕੁਝ ਸਲੋਕ ਨੇ ਜੋ ਉਹ ਗੁਰੂ ਸਾਹਿਬਾਨਾਂ ਦੀਆਂ 12 ਵਿੱਚ ਨੇ, ਕੁਝ ਸਲੋਕ 12 ਤੋਂ ਵਧੇਕ ਸਿਰਲੇਖ ਹੇਠ ਦਰਜ ਨੇ। ਹਾਂਜੀ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ, ਕੁਝ ਸਲੋਕ ਗੁਰੂ ਸਾਹਿਬਾਨਾਂ ਦੀਆਂ 12 ਦੇ ਵਿੱਚ ਨੇ ਅਤੇ ਕੁਝ ਸਲੋਕ 12 ਤੋਂ ਵਧੇਕ। ਇਹ 12 ਤੋਂ ਵਧੇਕ ਕੀ ਹੈ ਅਗਲੀ ਵੀਡੀਓਜ਼ ਦੇ ਵਿੱਚ ਚਰਚਾ ਕਰਾਂਗੇ। ਅੱਗੇ ਜੀ 24ਵਾਂ ਪ੍ਰਸ਼ਨ, ਗੁਰੂ ਅੰਗਦ ਦੇਵ ਜੀ ਇਸ ਜੱਗ ਨੂੰ ਕਿਸ ਦੀ ਕੋਠੜੀ ਕਹਿੰਦੇ ਹਨ? ਹਾਂਜੀ ਗੁਰੂ ਅੰਗਦ ਦੇਵ ਜੀ ਇਸ ਜੱਗ ਨੂੰ ਕੋਠੜੀ ਕਹਿੰਦੇ ਨੇ ਜੀ, ਰੱਬ ਦੀ। ਇਹ ਕਹਿੰਦੇ ਰੱਬ ਦੀ ਕੋਠੜੀ ਹੈ ਜੋ ਸਦਾ ਸਥਿਰ ਹੈ। ਇਹ ਕਿਹੜੇ ਸ਼ਲੋਕ ਦੇ ਵਿੱਚ ਹੈ ਜੀ? ਇਹ ਹੈ ਜੀ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ ਪਾਵੇ। ਰੱਬ ਦੀ ਕੋਠੜੀ ਹੈ ਜੋ ਸਦਾ ਸਥਿਰ ਹੈ, ਪਰਮਾਤਮਾ ਸਦਾ ਸਥਿਰ ਹੈ। 25ਵਾਂ ਪ੍ਰਸ਼ਨ ਹੈ ਜੀ, ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਨ, ਉਪਰੋਕਤ 17 ਅਨੁਸਾਰ ਅਸਲ ਪਾਰਖੂ ਕੌਣ ਹੈ? ਹਾਂਜੀ ਉਪਰੋਕਤ 17 ਨੇ ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਦੀਆਂ 17 ਨੇ, ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਪਾਰਖੂ, ਅਸਲ ਪਾਰਖੂ ਕੌਣ ਹੈ? ਅਸਲ ਪਾਰਖੂ ਉਹ ਹੈ ਜੋ ਆਪਣੇ ਆਪ ਨੂੰ ਪਰਖੇ। ਤਾਂ ਕਈ ਵਾਰੀ ਜੇਕਰ ਪ੍ਰਸ਼ਨ ਪੁੱਛ ਲਿਆ ਜਾਂਦਾ ਪੇਪਰ ਦੇ ਵਿੱਚ ਤਾਂ ਨਾਨਕ ਦੇਖ ਕੇ ਇਹ ਨਹੀਂ ਲਾਣਾ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ, ਇਹ ਰਚਨਾ ਜੋ ਉਹ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਰਚਨਾ ਹੈ। ਦੋਸਤੋ ਇਹ ਪ੍ਰਸ਼ਨ ਸੀ ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਸੀ। ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆ ਰਹੀ ਹੋਵੇਗੀ। ਦੋਸਤੋ ਜੇਕਰ ਮੇਰੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ। ਮਾਸਟਰ ਕਾਡਰ ਪੰਜਾਬੀ ਦਾ ਜੋ ਪੇਪਰ ਹੋਇਆ ਸੀ 2017 ਦੇ ਵਿੱਚ, ਉਸ ਨਾਲ ਸੰਬੰਧਿਤ ਪ੍ਰਸ਼ਨ ਨੇ ਜੋ ਇੱਕ ਇੱਕ ਪ੍ਰਸ਼ਨ ਹਰ ਰੋਜ਼ ਤੁਸੀਂ ਮੇਰੇ ਇਸ ਯੂਟਿਊਬ ਚੈਨਲ ਦੇ ਉੱਪਰ ਕਮਿਊਨਿਟੀ ਦੇ ਵਿੱਚ ਦੇਖ ਸਕਦੇ ਹੋ।